ਇਹ ਮੋਦੀ ਦੀ ਕੀ ਜ਼ਰੂਰਤ ਆ ਸਾਨੂੰ ਰੋਕ ਲਏ, ਸਾਡੇ ਵਾਲ ਤਾਂ ਸੁਰੰਗਾਂ ਪੱਟ ਕੇ ਨਿਕਲ ਗਏ। ਬੰਦੇ ਬਹਾਦਰ ਨੇ ਜ਼ਮੀਨ ਸਾਨੂੰ ਦਿੱਤੀ ਸੀ ਅਤੇ ਅਸੀਂ ਉਹ ਛੱਡਣੀ ਨਹੀਂ। ਬਾਬੇ ਦੀਪ ਸਿੰਘ ਨੇ ਸਾਨੂੰ ਭੇਜਿਆ ਇਸੇ ਕੰਮ ਨੂੰ ਆ ਜੀ। ਇਹਨਾਂ ਨੇ ਗੋਲਾਬਾਰੀ ਦੀ ਇੰਨੀ ਕੀ ਜ਼ਿਆਦਾ ਗੋਲਾਬਾਰੀ ਕੀਤੀ ਕਿ ਮੁੰਡੇ ਦੀ ਲੱਤ 'ਤੇ ਵੱਜਣ ਨਾਲ ਲੱਤ ਦੋ ਥਾਂ ਤੋਂ ਟੁੱਟ ਗਈ ਆ ਜੀ। ਚੜ੍ਹਦੀ ਕਲਾ 'ਚ ਜੀ, ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਸੀ। 5-6 ਹਜ਼ਾਰ ਰੁਪਈਏ ਤਨਖਾਹ 'ਤੇ ਲੱਗਾ ਸੀਗਾ, ਛੋਟੀ ਜਿਹੀ ਤਨਖਾਹ 'ਤੇ ਕੰਮ ਕਰਦਾ ਸੀਗਾ ਜੀ। ਸ਼ੰਭੂ ਮੋਰਚੇ 'ਚ ਮੌਜੂਦ ਹਾਂ। ਹਾਲਾਂਕਿ ਜਿਹੜੀ ਤਸਵੀਰ 13 ਤਰੀਕ ਨੂੰ ਦੇਖਣ ਨੂੰ ਮਿਲੀ ਸੀ ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਬਹੁਤ ਸਾਰੇ ਕਿਸਾਨ, ਬਹੁਤ ਸਾਰੇ ਬਜ਼ੁਰਗ, ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿਹੜੇ ਵੀਰਾਂ ਨੇ ਉਸ ਸਮੇਂ ਐਂਬੂਲੈਂਸ ਦੇ ਉੱਤੇ ਸੇਵਾ ਨਿਭਾਈ ਸੀ, ਵੀਰ ਅੱਜ ਵੀ ਇੱਥੇ ਮੌਜੂਦ ਨੇ। ਔਰ ਖਾਸ ਤੌਰ ਦੇ ਉੱਤੇ ਇੱਕ ਖਾਸ ਤਸਵੀਰ ਇਹ ਦੇਖਣ ਨੂੰ ਮਿਲੀ ਹੈ ਕਿ ਉਸ ਦਿਨ ਬਾਪੂ ਜਿਹੜਾ ਇੱਥੇ ਮੋਰਚੇ ਦੇ ਵਿੱਚ ਡਟਿਆ ਹੋਇਆ ਸੀ, ਜਦੋਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਸੀ ਤਾਂ ਟਰੈਕਟਰ ਦੇ ਉੱਤੇ ਕਿਸਾਨਾਂ ਨੇ ਜਗਾੜ ਲਾਇਆ, ਇੱਕ ਪੱਖਾ ਲਾ ਦਿੱਤਾ ਪੱਖੇ ਦਾ। ਹਾਲਾਂਕਿ ਮੂੰਹ ਖਾਸ ਤੌਰ ਦੇ ਉੱਤੇ ਪੁਲਿਸ ਵਾਲੇ ਪਾਸੇ ਕੀਤਾ ਤਾਂ ਜੋ ਜਿਹੜੇ ਅਥਰੂ ਗੈਸ ਦੇ ਗੋਲੇ ਆਉਂਦੇ ਸੀ ਉਸਦੀ ਹਵਾ ਉੱਧਰ ਨੂੰ ਜਾਵੇ ਔਰ ਕਿਸਾਨਾਂ ਵੱਲ ਧੂੰਆਂ ਨਾ ਆਵੇ, ਤਾਂ ਬਾਪੂ ਉਹਨਾਂ ਦਾ ਹੱਥ ਜਿਹੜਾ ਉਸ ਪੱਖੇ ਦੇ ਵਿੱਚ ਆ ਗਿਆ ਸੀ, ਦੋਨੋਂ ਹੱਥ ਉਹਨਾਂ ਦੇ ਪੱਖੇ ਦੇ ਵਿੱਚ ਆ ਗਏ ਸੀ। ਔਰ ਬਾਪੂ ਅੱਜ ਫਿਰ ਤਕੜਾ ਹੋ ਕੇ ਪੱਟੀ ਕਰਾ ਕੇ ਉਰੇ ਪਹੁੰਚ ਗਿਆ ਦੇਖਣ ਦੇ ਵਿੱਚ, ਧਰਨੇ ਦੇ ਵਿੱਚ ਕੀ ਮਾਹੌਲ ਚੱਲ ਰਿਹਾ। ਬਾਪੂ ਕਿਵੇਂ ਹੋ, ਠੀਕ ਹੋ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਅਸੀਂ ਚੜ੍ਹਦੀ ਕਲਾ 'ਚ ਅਰਦਾਸ ਕਰਕੇ ਤੁਰੇ ਹਾਂ, ਕਿਰਪਾ ਹੋਊ ਮਹਾਰਾਜ ਨੇ ਸਾਡੇ ਗੁਰੂ ਸਾਹਿਬ ਸਾਡੇ 'ਤੇ ਬਲ ਕਰੀ ਆਉਂਦੇ। ਗੁਰੂ ਬੰਦੇ ਬਹਾਦਰ ਨੇ ਜ਼ਮੀਨ ਸਾਨੂੰ ਦਿੱਤੀ ਸੀ ਅਤੇ ਅਸੀਂ ਉਹ ਛੱਡਣੀ ਨਹੀਂ, ਜਿਹੜੀ ਮੋਦੀ ਦੀਆਂ ਨੀਤੀਆਂ ਉਹ ਨਹੀਂ ਪੂਰੀਆਂ ਹੋਣ ਦੇਣੀਆਂ। ਉਸ ਦਿਨ ਹੋਇਆ ਕੀ ਸੀਗਾ, ਪੱਖੇ 'ਚ ਕਿਵੇਂ ਹੱਥ ਆ ਗਿਆ ਸੀ? ਉਹਦੇ ਇਸੇ ਤਰ੍ਹਾਂ ਭੀੜ ਸੀਗੀ, ਭੀੜ ਦੇ ਵਿੱਚ ਧੱਕੋ ਧੱਕੀ ਹੋ ਗਏ ਅਤੇ ਵਿੱਚ ਵੱਜਦਾ ਫਿਰਿਆ। ਮੈਂ ਵੀ ਅੱਗੇ ਡਿਊਟੀ 'ਤੇ, ਮੈਨੂੰ ਕਿਸਾਨਾਂ ਨੇ ਡਿਊਟੀ 'ਤੇ ਕਰਤਾ, ਉਹ ਚਾਹ ਪੀ ਆਈ ਤੂੰ ਬਿੰਦ ਖੜੀ, ਉਹਨੇ 'ਚ ਮੈਂ ਇਹਨਾਂ ਦੇ ਮਗਰ ਗਾਂਹ ਹੋ ਗਿਆ, ਉਹਦੇ ਗਾਂਹ ਪਿਛਾ ਭੱਜਣ ਲੱਗੇ, ਉਹ ਮੈਂ ਵੀ ਵਿੱਚ ਆ ਗਿਆ। ਵਿੱਚ ਹੁਣ ਟਾਂਕੇ ਲੱਗੇ ਨੇ ਹੱਥ ਦੋਵੇਂ ਪੱਟ ਕੇ, ਟਾਂਕੇ ਲੱਗੇ 8 ਆ ਟਾਂਕੇ, ਫਿਰ ਉਰੇ ਆ ਗਏ ਹੈ ਜੀ। ਆ ਗਏ ਫਿਰ ਲਾਵਾਂ, ਚੱਲ ਅਸੀਂ ਛੱਡਣਾ ਨਹੀਂ ਨਾ ਇੱਥੇ ਕੰਮ, ਅਸੀਂ ਦਿੱਲੀ ਉੱਪੜਨਾ ਸਾਡਾ, ਅਸੀਂ ਵਿਚਾਰ ਕਰਕੇ ਅਸੀਂ ਗਾਂ ਉੱਪੜਾਂਗੇ। ਉਮਰ ਕਿੰਨੀ ਹੈ ਤੁਹਾਡੀ? 36 ਸਾਲ 70 ਸਾਲ। ਹਾਂਜੀ, 78 78। ਬਾਈ ਮਤਲਬ ਬੰਦੇ ਦੇ ਸੱਟ ਲੱਗੀ ਹੋਈ ਤਾਂ ਵੈਸੇ ਹੀ ਹੈ ਨਾ, ਔਰ ਜਿਹੋ ਜਿਹਾ ਮਾਹੌਲ ਉਸ ਦਿਨ ਬਣਿਆ ਹੋਇਆ ਸੀ ਬੰਦਾ ਵੈਸੇ ਹੀ ਹਿੰਮਤ ਨਹੀਂ ਕਰਦਾ, ਔਰ ਬਾਪੂ ਧੰਨ ਹੈ ਜਿਗਰਾ ਹੈ ਨਾ, ਸੱਟਾਂ ਖਾ ਕੇ ਟਾਂਕੇ ਲਵਾ ਕੇ ਅੱਜ ਫਿਰ ਪਹੁੰਚ ਗਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ ਵਾਹਿਗੁਰੂ ਜੀ, ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ, ਮਹਾਰਾਜ ਦੀ ਕਿਰਪਾ, ਬਾਬੇ ਦੀਪ ਸਿੰਘ ਨੇ ਸਾਨੂੰ ਭੇਜਿਆ ਇਸੇ ਕੰਮ ਨੂੰ ਆ ਜੀ, ਮਹਾਰਾਜ ਦੀ ਕਿਰਪਾ। ਸਾਡੇ ਨਾਲ ਸਾਡਾ ਇੱਕ ਫਰੈਂਡ ਲੁਧਿਆਣੇ ਤੋਂ ਆਇਆ ਹੋਇਆ ਸੀ, ਜਿਹੜਾ ਜਿਸ ਦਾ ਕਿ ਇੱਕ ਕੋਈ ਜ਼ਮੀਨ ਜ਼ਮੀਨ ਨਹੀਂ ਸੀ ਇਹ ਮੁੰਡੇ ਦੀ, ਇੱਕ ਸਿਰਫ ਪਰਿਵਾਰ ਦੇ ਵਿੱਚ ਸਿਰਫ ਮਾਂ ਦੇ ਨਾਲ ਹੀ ਰਹਿੰਦਾ, ਕੋਈ ਪਿਓ ਨਹੀਂ, ਉਹਦੀ ਸਿਸਟਰ ਨਹੀਂ, ਕੋਈ ਬ੍ਰਦਰ ਨਹੀਂ ਸੀ, ਅਤੇ ਉਹ ਮੁੰਡਾ ਲੁਧਿਆਣੇ ਤੋਂ ਸੀ ਸਾਡਾ ਫਰੈਂਡ ਜੀ। ਉਹਦੇ ਉੱਤੇ ਵੀ ਇਹਨਾਂ ਨੇ ਗੋਲੇਬਾਰੀ ਕੀਤੀ, ਉਹ ਪਾਣੀ ਜਲ ਦੀ ਸੇਵਾ ਕਰ ਰਿਹਾ ਸੀ ਸਾਡੇ ਨਾਲ ਉੱਪਰ ਅਗਲੇ ਬੰਨੇ। ਇਹਨਾਂ ਨੇ ਗੋਲਾਬਾਰੀ ਦੀ ਇੰਨੀ ਕੀ ਜ਼ਿਆਦਾ ਗੋਲਾਬਾਰੀ ਕੀਤੀ ਕਿ ਮੁੰਡੇ ਦੀ ਲੱਤ 'ਤੇ ਵੱਜਣ ਨਾਲ ਲੱਤ ਦੋ ਥਾਂ ਤੋਂ ਟੁੱਟ ਗਈ ਆ ਜੀ। ਰਾਜਪੁਰਾ AP ਜੈਨ ਹੌਸਪੀਟਲ ਦੇ ਵਿੱਚ ਐਡਮਿਟ ਹੈ ਮੁੰਡਾ ਜੀ। ਬਹੁਤ ਵੀਰ ਸਾਡੇ ਉੱਥੇ ਇੰਟਰਵਿਊ ਲੈਣ ਆਏ ਸੀਗੇ, ਸਾਡਾ ਆਪਣਾ ਅੱਖਰ ਵਾਲੇ ਚੈਨਲ ਨਾਲ ਵੀਰ ਹੋਣਾ, ਉਹਨਾਂ ਨੇ ਇਹਦਾ ਸਾਥ ਦਿੱਤਾ ਹੋਏ। 5-6 ਹਜ਼ਾਰ ਰੁਪਈਏ ਤਨਖਾਹ 'ਤੇ ਲੱਗਾ ਸੀਗਾ, ਛੋਟੀ ਜਿਹੀ ਤਨਖਾਹ 'ਤੇ ਕੰਮ ਕਰਦਾ ਸੀਗਾ ਜੀ। ਅਤੇ ਉਸ ਦੀ ਮਤਲਬ ਕਿ ਸੇਵਾ ਬਹੁਤ ਸੰਗਤ ਨੇ ਕੀਤੀ, ਕੋਈ ਬਹੁਤ ਜ਼ਿਆਦਾ ਕਿ ਸਾਰ ਇੱਕ ਦੇ ਬਾਹਰ। ਕਿਵੇਂ ਬਾਈ ਹੁਣ ਉਹਦੀ ਕਿਵੇਂ ਸਿਹਤ ਕਿਵੇਂ? ਚੜ੍ਹਦੀ ਕਲਾ ਜੀ, ਇੱਕ ਹੋਰ ਪਰੇਟ ਹੋਣਾ ਵਾ ਜੀ, ਮਹਾਰਾਜ ਕਰੇ ਨਾ ਹੀ ਹੋਵੇ ਜੀ, ਡਾਕਟਰ ਸਾਹਿਬ ਕਹਿੰਦੇ ਆ। ਬਾਕੀ ਕੱਲ੍ਹ ਉਸ ਦਿਨ ਸਭ ਤੋਂ ਮੂਹਰੇ ਸੀ ਔਰ ਸੱਟਾਂ ਸੁੱਟਾਂ ਤੁਹਾਡੇ ਵੀ ਵੱਜੀਆਂ, ਪਰ ਤੁਸੀਂ ਫਿਰ ਹੌਸਲਾ ਦਿਖਾ ਕੇ ਅੱਜ ਫਿਰ ਪਹੁੰਚ ਜੀ। ਚੜ੍ਹਦੀ ਕਲਾ 'ਚ ਜੀ, ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ, ਅਸੀਂ ਫਿਰ ਵੀ ਡਟ ਕੇ ਰਵਾਂਗੇ। ਇਹਨਾਂ ਦਾ ਅਸੀਂ ਆਪਣੇ ਜਿਹੜੇ ਹੱਕ ਲੈ ਕੇ ਹੀ ਜਾਣੇ ਆ। ਇਹ ਮੋਦੀ ਮੀਡੀਆ, ਮੋਦੀ ਗੰਦੀ ਸਰਕਾਰ ਨੇ ਨਾ ਬਹੁਤ ਜ਼ਿਆਦਾ ਤੰਗ ਕੀਤਾ ਕਿਸਾਨਾਂ ਨੂੰ ਜੀ। ਅਸੀਂ ਐਂਬੂਲੈਂਸ ਦੀ ਸੇਵਾ ਵੀ ਨਾਲ ਕਰ ਰਹੇ,
ਐਂਬੂਲੈਂਸ ਦੀ ਵੀਰ ਸੇਵਾ ਕਰਦੇ ਪਏ ਆ ਜੀ ਬਈ ਸੇਵਾ ਹੈ ਆਇਆ ਵੀਰ ਜੀ ਸਾਨੂੰ ਅਸੀਂ ਇਹਨਾਂ ਨੂੰ ਮਿੰਨਤ ਕੀਤੀ ਕਹਿੰਦੇ ਮਿੰਨਤ ਨਹੀਂ ਸਾਡੀ ਵੀ ਸੇਵਾ ਵਾ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਮੋਰਚਾ ਤੋਂ ਫਿਰ ਸਪੈਸ਼ਲ ਬਾਪੂ ਨਾਲ ਲੈ ਕੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਰ ਪ੍ਰਾਈਵੇਟ ਐਂਬੂਲੈਂਸ ਆਏ ਅਸੀਂ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਆ ਜਦੋਂ ਮਰਜ਼ੀ ਜਿੱਥੇ ਮਰਜ਼ੀ ਦੂਜੀ ਗੱਲ ਇਹ ਮੋਦੀ ਦੀ ਕੀ ਜ਼ਰੂਰਤ ਆ ਸਾਨੂੰ ਰੋਕ ਲਏ ਸਾਡੇ ਵਾਲ ਤਾਂ ਸੁਰੰਗਾਂ ਪੱਟ ਕੇ ਨਿਕਲ ਗਏ ਠੀਕ ਨਹੀਂ ਜੀ ਇਹ ਇਕੱਲੇ ਮੋਦੀ ਦੀ ਨਹੀਂ ਹੈਗੀ ਇਹ ਪੰਜਾਬ ਸਰਕਾਰ ਦੇ ਕੰਡੇ ਬੀਜੇ ਪਏ ਜਿਹੜੇ ਅੱਜ ਕਿਸਾਨ ਚੁਗ ਰਹੇ ਆ ਇਹ ਪੰਜਾਬ ਸਰਕਾਰ ਦੀਆਂ ਨੀਤੀਆਂ ਪੰਜਾਬ ਸਰਕਾਰ ਦੇ ਸਾਈਨ ਹੋਏ ਪਏ ਮੋਦੀ ਦੀ ਕੀ ਜ਼ਰੂਰਤ ਸੀ ਇਹ ਰੂਲ ਸਾਡੇ 'ਤੇ ਲਾਗੂ ਕਰ ਦਿੰਦਾ ਹਾਂਜੀ ਪਹੁੰਚੇ ਹੋਏ ਨੇ ਇੱਥੇ ਖਾਸ ਤੌਰ ਦੇ ਉੱਤੇ ਤਾਂ ਸੱਟਾਂ ਲੱਗੀਆਂ ਸੀ ਉਸ ਦਿਨ ਜਦੋਂ ਖਾਸ ਤੌਰ ਦੇ ਉੱਤੇ ਪਹਿਲੇ ਦਿਨ ਪਹੁੰਚੇ ਸੀ ਔਰ ਪਹਿਲੇ ਦਿਨ ਜਦੋਂ ਪਹੁੰਚੇ ਤਾਂ ਸੱਟਾਂ ਵੱਜੀਆਂ ਪਰ ਉਸਦੇ ਬਾਵਜੂਦ ਅੱਜ ਫਿਰ ਹਿੰਮਤ ਦਿਖਾਈ ਹੈ ਦੁਬਾਰਾ ਪਹੁੰਚੇ ਨੇ ਬਾਪੂ ਦਾ ਹੱਥ ਪੱਖੇ ਦੇ ਵਿੱਚ ਆ ਗਿਆ ਸੀ ਤਾਂ ਬਾਪੂ ਕਹਿੰਦਾ ਮੈਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਮੋਰਚਾ ਜੋ ਹੈ ਉਹ ਫਤਿਹ ਕਰਕੇ ਹੀ ਇੱਥੋਂ ਦੀ ਵਾਪਸ ਮੁੜਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ